ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਚ ਤੋਂ ਆਉਂਦੇ ਟਾਈਮ ਜਿਹੜਾ ਐਕਸੀਡੈਂਟ ਹੋਇਆ ਬਹੁਤ ਭਿਆਨਕ ਸੀਗਾ, ਅਤੇ ਤੁਹਾਡੇ ਸਾਰਿਆਂ ਦੇ ਪਿਆਰ ਨਾਲ, ਦੁਆਵਾਂ ਸਦਕਾ ਅਤੇ ਉਸ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਸਾਰੇ, ਮੈਂ, ਗੁਲਜ਼ਾਰੀ, ਹੈਪੀ ਪੱਧਰੀ, ਅਸੀਂ ਤਿੰਨੇ ਠੀਕ ਹਾਂ ਬਿਲਕੁਲ। ਆਪਣੇ ਛੋਟੇ ਵੀਰ ਗੋਪੀ ਤੇਜਾ ਸਿੰਘ ਵਾਲੇ ਦੇ ਜਿਹੜੀ ਉਹ ਲੱਤ ਟੁੱਟ ਗਈ ਤਾਂ ਉਹ ਐਡਮਿਟ ਆ ਜਲੰਧਰ ਹੋਸਪਿਟਲ, ਅਤੇ ਅਸੀਂ ਸਾਰੇ ਠੀਕ ਠਾਕ ਹਾਂ। ਅਤੇ ਦੁਆਵਾਂ ਕਰਿਓ ਪਰਮਾਤਮਾ ਦੀ ਕਿਰਪਾ ਦੇ ਨਾਲ, ਉਹ ਵੀ ਭਰਾ ਜਲਦੀ ਠੀਕ ਹੋਵੇ, ਅਸੀਂ ਸਾਰੇ ਉਹਦੇ ਨਾਲ ਖੜ੍ਹੇ ਹਾਂ। ਅਤੇ ਸਾਰੇ ਵੀਰਾਂ ਦੇ ਬੜੇ ਫੋਨ, ਮੈਸੇਜ, ਸੋਸ਼ਲ ਮੀਡੀਆ 'ਤੇ ਡਾਇਰੈਕਟ ਕਾਲਾਂ 'ਤੇ ਸਾਰਿਆਂ ਭਰਾਵਾਂ ਦੇ ਬੜੇ ਸੁਨੇਹੇ ਮਿਲ ਰਹੇ ਵੀ ਦੱਸੋ ਕਿੱਦਾਂ ਆ ਸਾਰੇ। ਅਤੇ ਅਸੀਂ ਸਾਰੇ ਤੰਦਰੁਸਤ ਹਾਂ, ਅਤੇ ਕੋਈ ਨਹੀਂ, ਡਾਕਟਰ ਨੇ ਟਾਈਮ ਦਿੱਤਾ ਸ਼ਾਇਦ ਕੱਲ੍ਹ ਨੂੰ ਗੋਪੀ ਦਾ ਅਪਰੇਟ ਹੋਵੇ, ਉਹ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਅਸੀਂ ਦੱਸ ਦਿਆਂਗੇ ਵੀ ਕਿੱਦਾਂ ਭਰਾ ਦੀ ਹਾਲਤ। ਅਤੇ ਗੁਰੂ ਮਹਾਰਾਜ ਕਿਰਪਾ ਕਰੇ, ਅਤੇ ਬਹੁਤ ਬਹੁਤ ਸ਼ੁਕਰਾਨਾ ਸਤਿਗੁਰ ਦਾ ਜਿਨ੍ਹਾਂ ਨੇ ਇੰਨਾ ਹੱਥ ਦੇ ਕੇ ਬੱਚਿਆਂ ਨੂੰ ਰੱਖਿਆ, ਅਤੇ ਤੁਹਾਡੇ ਪਿਆਰ ਅਤੇ ਦੁਆਵਾਂ ਨਾਲ ਅੱਗੇ ਵੱਧਦੇ ਜਾਵਾਂਗੇ। ਧੰਨਵਾਦ ਜੀ। ਸਾਰਿਆਂ ਨੂੰ ਬੇਨਤੀ ਹੈ, ਕੱਲ ਆਪਣੇ ਭਰਾ ਮੱਖਣ ਮੱਖੀ ਉਹਨਾਂ ਦਾ ਕਿੱਡਾ ਨੁਕਸਾਨ ਹੋਇਆ, ਗੋਪੀ ਤੇਜਾ ਸਿੰਘ ਵਾਲੇ ਦੇ ਕਿੱਡੀ ਸੱਟ ਲੱਗੀ ਹੈ, ਉਹਦੇ ਪੱਟ ਤੇ ਮੇਰੇ ਵੀਰੇ ਸੱਟ ਲੱਗੀ ਹੈ ਬਹੁਤ ਵੱਡੀ, ਉਹ ਬੰਦੇ ਨਾਲ ਵੀ ਅਸੀਂ ਖੜਨਾ। ਸਾਰਿਆਂ ਨੂੰ ਬੇਨਤੀ ਹੈ, ਜਿੰਨੇ ਵੀ ਪ੍ਰਮੋਟਰ ਸੁਣਦੇ ਹੈ, ਉਹਨਾਂ ਦੇ ਸੀਜ਼ਨ ਗਿਆ ਇੱਥੋਂ ਵਾਲਾ ਵੀ ਤੇ ਬਾਹਰਲੇ ਦਾ ਹਜੇ ਪਤਾ ਨਹੀਂ ਉਧਰ ਨੂੰ ਫਿੱਟ ਹੋਊਗਾ ਕਿ ਨਹੀਂ। ਸੋ ਗੋਪੀ ਤੇਜਾ ਸਿੰਘ ਵਾਲੇ ਦੇ ਨਾਲ ਵੀ ਆਪਾਂ ਸਾਰੇ ਭਰਾਵਾਂ ਨੇ ਖੜਨਾ ਮੇਰੇ ਵੀਰੋ, ਔਰ ਸ਼ੁਕਰ ਕਰੋ ਪਰਮਾਤਮਾ ਦਾ ਵੀ ਨਹਿਰ 'ਚ ਪਾਣੀ ਨਹੀਂ ਸੀਗਾ, ਤੇ ਫਿਰ ਬਹੁਤ ਵੱਡਾ ਨੁਕਸਾਨ ਹੁਣ ਉਹ ਟਲ ਗਿਆ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ, ਸੰਗਤ ਦੀਆਂ ਅਰਦਾਸਾਂ ਦੇ ਨਾਲ। ਨੁਕਸਾਨ ਹੋਇਆ ਗੱਡੀ, ਚਲੋ ਕੋਈ ਗੱਲ ਨਹੀਂ, ਗੱਡੀ ਟੋਟਲ ਲਾਸ ਹੋ ਗਈ ਹੈ, ਔਰ ਗੱਡੀਆਂ ਫਿਰ ਵੀ ਬਣ ਜਾਣਗੀਆਂ, ਪਰ ਇਨਸਾਨ ਮੁੜ ਕੇ ਨਹੀਂ ਆਉਂਦੇ ਮੇਰੇ ਵੀਰੋ। ਬੇਨਤੀ ਹੈ ਕਬੱਡੀ ਦੇ ਖਿਡਾਰੀਆਂ ਨੂੰ ਸਮੇਂ ਦੀ ਕਦਰ ਕਰੋ, ਆ ਜਿੰਨੇ ਦਿਨ ਧੁੰਦ ਪੈਂਦੀ ਹੈ ਟਾਈਮ ਨਾਲ ਆ ਕਰੋ, ਆਪਾਂ ਉਦਾਂ ਹੀ ਟਾਈਮ ਨਾਲ ਸਾਰੇ ਮੇਲੇ ਸਮਾਪਤ ਕਰਿਆ ਕਰੀਏ, ਇਹ ਸਾਡਾ ਫਰਜ਼ ਹੈ ਯਾਰ, ਅਸੀਂ ਖੇਡਣਾ ਹੁੰਦਾ, ਅਸੀਂ ਨੇ ਧੌਣਾ ਜਾਣਾ ਹੁੰਦਾ। ਸੋ ਮੇਰੀ ਬੇਨਤੀ ਹੈ, ਬਹੁਤ ਬਹੁਤ ਧੰਨਵਾਦੀ ਹੋਵਾਂਗੇ ਜਿੱਦੇ ਪਲੇਅਰ ਟਾਈਮ ਨਾਲ ਆਉਣ ਲੱਗ ਗਏ।